ਅੱਜ ਕਈ ਲੋਕ ਕਹਿੰਦੇ ਵੀ ਪਾਰਟੀ ਜੋੜ ਕਰਨ ਦੀ ਲੋੜ ਹੈ ਵੈਸੇ ਕੰਮ ਕਰੋ ਵੈਸੇ ਕੀ ਕਰਾਂਗੇ ਕੀ ਕਰਾਂਗੇ ਭਾਈ ਵੈਸੇ ਦੱਸੋ ਧਰਨੇ ਦੇ ਵਿੱਚ ਮੈਂ ਬਾਹਾਂ ਕੱਢ ਕੱਢ ਭਾਸ਼ਣ ਦਵਾਂ ਕੀ ਫਾਇਦਾ ਹੋ ਜਾਣਾ ਹੀਰੋ ਬਣ ਕੇ ਲੋਕ ਕਹਿਣ ਵੀ ਯਾਰ ਬਹੁਤ ਵਧੀਆ ਬੋਲ ਰਹੀ ਹੈ ਅਨਮੋਲ ਹੀਰੋ ਬਣੀ ਹੋਈ ਹੈ ਹੱਲ ਇੱਕ ਹੈ ਜੇ ਅੱਜ ਰਾਜਨੀਤਿਕ ਸਮੱਸਿਆ ਬਣੀ ਹੋਈ ਹੈ ਤਾਂ ਹੱਲ ਵੀ ਰਾਜਨੀਤੀ ਬਦਲ ਕੇ ਹੀ ਆਉਣਾ ਅੱਜ ਕਿਸਾਨੀ ਦਾ ਮਸਲਾ ਜਵਾਨੀ ਦਾ ਮਸਲਾ ਹੈ अनमोल का गनमान पंजाब विच चल रहे मौजूदा मुद्दियां ते लगातार अपनी आवाज रखती नजर आ रही है। अनमोल का गनमान पंजाब सरकार दी कारगुजारी भी कई बार सवाल खड़े कर चुकी है, जिसकी वीडियो सोशल मीडिया ते काफी वायरल हुई सन। एक बार फिर अनमोल का गनमान ने लुधियाने विखे पंजाब सरकार नु लेके धरना प्रदर्शन ते कुछ विचार भी साझे कीते ने। ज्यादा ना समा लेंदे हुए तुसी भी वेखो अनमोल गगनमान दी ए वीडियो। सो अज जड़ी असी ए खड़े हां जां असी गल्लां करदे हां ए ना सोचो कि असी लीडर वालियां जां कोई मैं आप पंजाब दी धी हां पंजाब दे दुख दर्द आ। अज कई लोग कहंदे वी पार्टी जोड़ करन दी लोड़ है वैसे काम करो वैसे की करांगे की करांगे भाई वैसे दसो धरने दे विच मैं बाहां कट कट भाषण दवां ਕੀ ਫਾਇਦਾ ਹੋ ਜਾਣਾ ਹੀਰੋ ਬਣ ਕੇ ਲੋਕ ਕਹਿਣ ਵੀ ਯਾਰ ਬਹੁਤ ਵਧੀਆ ਬੋਲ ਰਹੀ ਹੈ ਅਨਮੋਲ ਹੀਰੋ ਬਣੀ ਹੋਈ ਹੈ ਹੱਲ ਇੱਕ ਹੈ ਜੇ ਅੱਜ ਰਾਜਨੀਤਿਕ ਸਮੱਸਿਆ ਬਣੀ ਹੋਈ ਹੈ ਤਾਂ ਹੱਲ ਵੀ ਰਾਜਨੀਤੀ ਬਦਲ ਕੇ ਹੀ ਆਉਣਾ ਸੋ ਹੱਲ ਇੱਕ ਹੈ ਕਿ ਜਦੋਂ ਆਪਾਂ ਇਹਨਾਂ ਦੀ ਸਰਕਾਰ ਛੁੱਟੀ ਤਾਂ ਨਵੀਂ ਸਰਕਾਰ ਆਈ ਹੱਲ ਸਾਡੇ ਕਿਹਦੇ ਕੱਢਣਾ ਸਾਡੇ ਭਾਸ਼ਣਾਂ ਨੇ ਕੱਢਣਾ ਜਾਂ ਸਾਡੇ ਹੀਰੋ ਬਣ ਕੇ ਕੱਢਣਾ ਹੱਲ ਇੱਕ ਚੀਜ਼ ਨੇ ਕੱਢਣਾ ਜਦੋਂ ਸਰਕਾਰ ਨਵੀਂ ਹੈ ਜਿਹੜੀ ਨੀਤ ਸਾਫ ਹੈ ਉਹਦੇ ਲੋਕਾਂ ਲਈ ਕੰਮ ਕਰਨੇ ਅੱਜ ਕਿਸਾਨੀ ਦਾ ਮਸਲਾ ਜਵਾਨੀ ਦਾ ਮਸਲਾ ਹੈ ਤੇ ਮਸਲੇ ਹੱਲ ਕਿਵੇਂ ਹੋਣਗੇ ਧਰਨੇ ਤੇ ਭਾਸ਼ਣ ਦੇ ਇੰਨਾ ਥੋੜੀ ਹੋਣਗੇ ਜੇ ਜਦੋਂ ਸਰਕਾਰ ਇੱਕ ਕਾਬਲ ਲੀਡਰ ਆਇਆ ਤੇ ਲੀਡਰ ਸਾਡੇ ਪੰਜਾਬ ਦੀ ਸਮੱਸਿਆ ਤੇ ਸਮੱਸਿਆ ਦਾ ਹੱਲ ਵੀ ਲੀਡਰਾਂ ਨੇ ਕੱਢਣਾ ਉਹਨਾਂ ਲੀਡਰਾਂ ਨੇ ਜਿਹੜੇ ਪੰਜਾਬ ਦਾ ਭਲਾ ਕਰ ਸਕਣ ਸਹਿਮਤ ਹੋਗੇ ਅੱਛਾ ਕਿੰਨੇ ਮੇਰੇ ਵੀਰਾਂ ਨੇ ਦੱਸੋ ਵੀ ਕੈਨੇਡਾ ਨੂੰ ਫਾਈਨ ਕਿੰਨੇ ਨੇ ਲਈ ਹੋਈ ਹੈ ਹੱਥ ਖੜੇ ਕਰਕੇ ਸੱਚੀ ਇਮਾਨਦਾਰੀ ਨਾਲ ਦੱਸੋ ਜਿਹੜੇ ਕਿ ਹੋਏ ਇੱਥੋਂ ਕਿੰਨੇ ਨੇ ਲਏ ਹੋਏ ਲੱਗੀ ਕੋਈ ਤਾਂ ਸਾਡੇ ਲੱਗੀ ਨਾ ਨੂੰ ਹੋਰ ਕਿੰਨਾ ਨਹੀਂ ਲੱਗੀ ਸੱਚੀ ਸੱਚੀ ਦੱਸੋ ਅੱਛਾ ਜਾਣਾ ਕਿਹੜੇ ਕਿਹੜੇ ਚਾਹੁੰਦੇ ਕੋ ਛੱਡ ਕੇ ਵੀ ਯਾਰ ਬਾਹਰ ਚੱਲ ਜੀਏ ਤੇ ਕੀ ਦੱਸਿਆ ਕੱਢਣ ਪਾ ਲਈਏ ਸਾਰੇ ਜਾ ਕੇ ਬਜ਼ੁਰਗ ਵੀ ਜਾਣਾ ਚਾਹੁੰਦੇ ਹਾਂਜੀ ਅੱਛਾ ਮੈਨੂੰ ਇਹ ਗੱਲ ਦੱਸੋ ਵੀ ਅੱਜ ਜਿਹੜੀ ਪੰਜਾਬੀ ਨਸਲ ਦੀ ਪਹਿਚਾਣ ਹੈ ਉਹ ਕਿੱਥੋਂ ਦੀ ਆ ਵੀ ਇੰਡੀਆ ਦੇ ਵਿੱਚ ਇੱਕ ਸੂਬਾ ਪੰਜਾਬ ਹੋਰ ਸੂਬੇ ਦੇ ਵੀ ਸਾਡੇ ਪੰਜਾਬੀ ਰਹਿੰਦੇ ਆ ਵੀ ਇੰਡੀਆ ਦੇ ਵਿੱਚ ਇੱਕ ਸੂਬਾ ਪੰਜਾਬ ਜਿੱਥੇ ਪੰਜਾਬੀ ਰਹਿੰਦੇ ਆ ਕਿਉਂ ਵੀ ਪੰਜਾਬ ਤੋਂ ਹੁੰਦੀ ਆ ਜੇ ਆਉਣਾ 70 ਸਾਲਾਂ ਦੇ ਵਿੱਚ ਹੀ ਹਾਲਾਤ ਰਹੇ ਮੰਨੋ 10 ਸਾਲ ਇਹ ਮੋਦੀ ਸਰਕਾਰਾਂ ਚ ਕੋਈ ਆ ਨਹੀਂ ਸਾਡੀ ਅਮੀਰ ਬਣਨੀ ਹੈ ਕੰਗਾਲ 10 ਸਾਲ ਸਾਡੇ ਮੇਰੇ ਕੋਲ ਸਾਰੇ ਵੀਰ ਖੜੇ ਇਹਨਾਂ ਦਾ ਬਹੁਤ ਪ੍ਰੈਸ਼ਰ ਬਣਾ ਕੇ ਰੱਖਦੇ ਸਰਕਾਰ ਦੀ ਆਪ ਕਿੱਥੇ ਕੰਮ ਕਰੋ ਇਹਨਾਂ ਨੇ ਕਈਆਂ ਦਾ ਇਮਾਨਦਾਰ ਹੋਣੇ ਕਈ ਦਾ ਜੀ ਨਹੀਂ ਕਰਦਾ ਵੀ ਕਰੀਏ ਪਰ ਉੱਤੋਂ ਇਹਨਾਂ ਮੇਰੇ ਵੀਰਾਂ ਨੇ ਜੋਰ ਜ਼ਬਰਦਸਤੀ ਹੁੰਦੀ ਆ ਵੀ ਜੇ ਨਾ ਕੀਤੇ ਤਬਾਦਲਾ ਕਰਾ ਦੇ ਵਿਆਹ ਕਰਾ ਦਾਂਗੇ ਸੱਚੀ ਗੱਲ ਹੈ ਬਈ ਸੀਆਂ ਦਾ ਅੰਦਰ ਅੰਦਰ ਖਾਤੇ ਨੂੰ ਬਦਲ ਗੱਲ ਹੈ ਸੱਚੀ ਹੈ हां कोई नहीं भाई अपनी पार्टी आनी है सारा सेट कर देंगे ਤੁਸੀਂ ਕਾਰ ਨਾਲ ਰਾਜੇ ਬਣ ਕੇ ਘੁੰਮਣਾ ਹੋ ਤੁਹਾਡੇ ਤੇ ਪ੍ਰੈਸ਼ਰ ਕੋਈ ਨਹੀਂ ਹੋਊਗਾ ਸਰਕਾਰ ਦਾ ਕਿਸੇ ਪ੍ਰਕਾਰ ਦਾ ਨਹੀਂ ਹੋਊਗਾ ਜਿਹੜਾ ਹੁਣ ਇਹ ਪੁਲਿਸ ਨੂੰ ਆਪਣਾ ਬਲਾਲ ਬਣਾ ਕੇ ਰੱਖਣਾ ਚਾਹੁੰਦੀ ਹੈ ਉਹਦੀ ਮਜਬੂਰੀ ਉਹਨਾਂ ਦੀ ਬੱਚਿਆਂ ਦਾ ਪੇਟ ਭਰਨਾ ਤੇ ਦੂਜੇ ਨੰਬਰ ਤੇ ਅੱਜ ਜਿਹੜਾ ਪੰਜਾਬ ਆ ਪੰਜਾਬ ਭਾਰਤ ਦਾ ਸੂਬਾ ਵੱਜਦਾ ਅੱਛਾ 70 ਸਾਲਾਂ ਤਈ ਗਲਤੀ ਨਾਲ ਇਹ ਗੰਦੀ ਸਰਕਾਰ ਚ ਕੋਈ ਆ ਗਈ ਇੱਥੇ ਸਿਸਟਮ ਨਹੀਂ ਹੋਣਾ ਸਾਡੇ ਨੌਜਵਾਨਾਂ ਨੇ ਸਾਰਿਆਂ ਨੇ ਚੱਲ ਜਾਣਾ ਕੈਨੇਡਾ ਚ ਜ਼ਿਆਦਾਤਰ ਕੈਨੇਡਾ ਹੀ ਜਾਂਦੇ ਆ 70 ਸਾਲਾਂ ਬਾਅਦ ਜਦੋਂ ਇੱਕ ਨਸਲ ਇੱਥੇ ਖਤਮ ਹੋ ਗਈ ਨੌਜਵਾਨ ਪੀੜ੍ਹੀ ਸਾਰੀ ਕੈਨੇਡਾ ਬੈਠੀ ਆ ਜਦੋਂ ਇਹ ਪੁੱਛਿਆ ਗਿਆ ਕਿ ਪੰਜਾਬੀ ਕੌਮ ਕੌਣ ਆ ਪੰਜਾਬੀ ਕਿੱਥੇ ਰਹਿੰਦੇ ਨੇ ਇੰਡੀਆ ਦਾ ਨਾਮ ਥੋੜੀ ਹੋਊਗਾ ਕੈਨੇਡੀਅਨ ਵਜਾਂਗੇ ਆਪਾਂ ਕਿ ਪੰਜਾਬੀ ਨਾਂ ਦੇ ਜਿਹੜੇ ਲੋਕ ਨੇ ਉਹ ਕੈਨੇਡਾ ਚ ਨੇ ਪੰਜਾਬੀ ਕੌਣ ਨੇ ਅਸੀਂ ਤਾਂ ਸਾਰੇ ਸਿਟੀਜ਼ਨ ਕੈਨੇਡਾ ਦੇ ਹੋਵਾਂਗੇ ਇੰਡੀਆ ਸਾਡਾ ਨਾਮ ਨਿਸ਼ਾਨ ਖਤਮ ਹੋ ਜਾਣਾ ਕਿਉਂਕਿ ਇੱਕ ਪੰਜਾਬ ਤੇ ਸਰੀ ਚ ਬਸਿਆ ਹੋਇਆ ਸੋ ਇਹ ਸਾਡੀ ਪੁਰਖਿਆਂ ਦੀ ਧਰਤੀ ਆ ਉਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਜਿੱਥੇ ਸਾਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨਸ਼ੇ ਕਰਾ ਕੇ ਦੁੱਖ ਦੇ ਕੇ ਸਾਡੀ ਅਸੀਂ ਇਸ ਭਾਰਤ ਨੂੰ ਜਾਣ ਕੇ ਸਾਨੂੰ ਲੱਖਾਂ ਗੁਰਬਾਨੀਆਂ ਕੀਤੀਆਂ ਅੱਜ ਵੀ ਬਾਰਡਰ ਤੇ ਸਾਡੇ ਖੁਦ ਹੀ ਹੁੰਦੇ ਆ ਪਰ ਇਹਨਾਂ ਭਾਰਤ ਦੇ ਹਾਕਮਾਂ ਨੂੰ ਸਾਡੇ ਨਾਲ ਪਿਆਰ ਹੈ ਨਹੀਂ ਇਹ ਸਾਰੇ ਜਾਣਦੇ ਕਹਿੰਦੇ ਨੇ ਹੋਰ ਗੁੱਸਾ ਕਰਦੀ ਹੈ ਪਤਾ ਨਹੀਂ ਕੀ ਬੋਲਦੇ ਜਦੋਂ ਭਗਤ ਸਿੰਘ ਦੇ ਸੈਂਸਰੀ ਦੇ ਬੰਦ ਸੁੱਟਿਆ ਸੀ ਠੀਕ ਹੈ ਉਹ ਬੰਦੇ ਨੇ ਉਹ ਖਾਲੀ ਫੋਕਾ ਬੰਦ ਸੀ ਕਿ ਦੱਸਣ ਨਹੀਂ ਗਿਆ ਸੀ ਉਹ ਕਿਸੇ ਦਾ ਨੁਕਸਾਨ ਨਹੀਂ ਹੋਇਆ ਸੀ ਉੱਥੇ ਜਦੋਂ ਕ੍ਰਾਂਤੀਕਾਰੀ ਲਹਿਰਾਂ ਉੱਠੀਆਂ ਤੇ ਜੇ ਆਵਾਜ਼
ਉਹਦਾ ਕੋਈ ਫਾਇਦਾ ਨਹੀਂ, ਸਾਰੇ ਲੀਡਰਾਂ ਨੂੰ ਕਰਨਾ ਹੁੰਦਾ, ਸਾਰੇ ਲੀਡਰ ਜਾਣਦੇ ਵੀ ਆਂਕੜੇ ਆਂਕੜੇ ਵੀ ਕਿਵੇਂ ਇਕੱਠੇ ਕਰਕੇ ਦੱਸਣਾ। ਅਸੀਂ ਦਿਲ ਤੋਂ ਚੰਗੇ ਬੰਦੇ ਆ ਤੇ ਅੱਜ ਮੈਂ ਸਿਰਫ ਬਿਨਾਂ ਪਾਰਟੀਆਂ ਤੋਂ ਵੀ ਭਾਸ਼ਣ ਦੇ ਵੀ ਹਿੰਮਤ ਕਰ ਸਕਦੀ ਹਾਂ, ਪਰ ਮੈਨੂੰ ਪਤਾ ਵੀ ਹਾਲ ਇੱਥੋਂ ਆ ਕਿ ਜਦੋਂ ਨਾਮਦਾਰ ਪਾਰਟੀਆਂ ਨੇ ਸਾਡਾ ਪੰਜਾਬ ਨੂੰ ਬੱਚੇ ਸਾਡੀਆਂ ਗੁਰੂਆਂ ਪੀਰਾਂ ਦੀ ਧਰਤੀ ਪੱਟਣੀ ਹੈ। ਇਹ ਮੇਰੇ ਬਜ਼ੁਰਗ ਦੀ ਸਿਰ ਧੋਣਗੇ, ਅੱਜ ਕੁਛ ਬਜ਼ੁਰਗ ਰਹਿ ਜਾਣਗੇ ਤੁਹਾਡੇ ਸਾਰੇ, ਹਰ ਇੱਕ ਮੇਰਾ ਵੀਰ ਭਰਾ ਜਿਹੜੇ ਖੜੇ ਆ ਜੋ ਮੇਰੇ ਸਾਰੇ ਦੇ ਬੱਚੇ ਕਹਿੰਦੇ ਨੇ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਅਮਰੀਕਾ ਜਾਣਾ, ਤੇ ਇੱਥੇ ਰਹਿ ਕੌਣ ਜਾਊ? ਅਸੀਂ ਤਾਂ ਘਰ ਭਾਰਤ ਦੇ ਅਸੀਂ ਇੰਡੀਆ ਦੇ ਵਿੱਚ ਅਸੀਂ ਤਾਂ ਵਾਸੀ ਵੱਜਣੇ ਨੀ, ਆਉਣ ਵਾਲੇ 50 ਸਾਲਾਂ ਬਾਅਦ ਲੋਕ ਕਹਿਣਗੇ ਪੰਜਾਬੀ ਬਣ ਕੇ ਕੈਨੇਡਾ ਚ ਸੂਬਾ ਵੱਸਦਾ ਜਿੱਥੇ ਪੰਜਾਬੀ ਰਹਿੰਦੇ ਆ। ਸੋ ਸਾਨੂੰ ਤਾਂ ਇੰਡੀਆ ਤੋਂ ਸਾਡੀ ਦੱਸੋ ਪਿੱਛੋਂ ਕਰਨ ਦੀ ਕੋਸ਼ਿਸ਼ ਹੈ, ਐਡੀ ਵੱਡੀ ਤੁਹਾਨੂੰ ਪਤਾ ਸਾਡੀ ਸਕੂਲ ਚੱਲ ਰਹੀ ਹੈ ਕਿ ਅਸੀਂ ਸਾਡੇ ਜਿੱਥੇ ਬਾਬੇ ਨਾਨਕ ਨੇ ਹੜ ਵਾਇਆ ਸੀ ਉਹ ਧਰਤੀ ਤੋਂ ਆਪਣਾ ਵਿਛੋੜਾ ਲੈ ਲਈਏ? ਫਿਰ ਕਹਿੰਦੇ ਨੇ ਵੀ ਗੁੱਸੇ ਨੂੰ ਬੋਲਦੇ ਨੇ ਇਮੋਸ਼ਨਲ ਹੋ ਜਾਂਦੀ ਹੈ, ਇਮੋਸ਼ਨਲ ਹੋਣਾ ਸਾਨੂੰ ਇੱਥੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਜਿਹੜੇ ਅੱਜ ਨਸ਼ੇ ਕਰਕੇ ਕਈ ਮਾਂ ਬਾਪ ਚਾਹੁੰਦੇ ਸੀ ਜਾਂ ਚੰਦ ਸਮੇਂ ਦੇ ਬਾਅਦ ਬਾਹਰ ਹੀ ਚੱਲਦੇ ਸੀ, ਇਹਦਾ ਕੱਢਣ ਪਾਉਣ ਤੋਂ ਮਹਿੰਗੀ ਹੈ। ਸੋ ਕਈ ਨਸ਼ੇ ਦੇ ਮਾਰੇ ਬਾਹਰ ਜਾ ਰਹੇ ਆ, ਕਈ ਬੇਰੁਜ਼ਗਾਰੀ ਦੇ ਮਾਰੇ ਬਾਹਰ ਜਾ ਰਹੇ ਆ, ਤੇ ਨਸ਼ਾ ਬਣਾ ਕੌਣ ਰਿਹਾ? ਸਾਡੇ ਲੀਡਰ, ਸਾਡੇ ਜਿਨ੍ਹਾਂ ਨੂੰ ਅਸੀਂ ਵੋਟਾਂ ਦੇ ਕੇ ਜਿਤਾਇਆ ਉਹ ਸਾਡੇ ਤੋਂ ਨਸ਼ਾ ਮੁਕਾ ਰਹੇ, ਕਿਉਂਕਿ ਉਹਨਾਂ ਨੇ ਆਪਣੇ ਢਿੱਡ ਭਰਨੇ ਆ, ਆਪਣੇ ਘਰ ਭਰਨੇ ਨੇ, ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ 'ਚ ਪਾਗਲ ਕਰਕੇ ਆਪਣੇ ਜਿਹੜੇ ਗੁੰਡੇ ਕੰਮ ਕਰਨੇ ਉਹਨਾਂ ਤੋਂ ਉਹਨਾਂ ਦਾ ਧਿਆਨ ਹਟਾਉਣਾ। ਪਰ ਅਸੀਂ ਪੜ੍ਹੇ ਲਿਖੇ ਹਾਂ, ਅਸੀਂ ਯੂਨੀਵਰਸਿਟੀਆਂ 'ਚ ਪੜ੍ਹੇ ਹਾਂ, ਕਾਲਜਾਂ 'ਚ ਪੜ੍ਹੇ ਹਾਂ, ਹੱਕ ਦਾ ਸੰਵਿਧਾਨ ਦਾ ਪੋਲੀਟੀਕਲ ਸਾਇੰਸ ਪੜ੍ਹੀ ਹੈ, ਹਿਸਟਰੀ ਪੜ੍ਹੀ ਹੈ। ਬਿਊਰੋ ਰਿਪੋਰਟ, ਫਿਲਮ ਧੱਕਾ।